ਸਤਿਸ਼ਕਾਲ ਦੈਨਿਕ ਸਵਰਾਜ ਤੁਹਾਡਾ ਸਵਾਗਤ ਹੈ ਤੇ ਮੈਂ ਹਰਮਨ ਸੁਨੀਲ ਜਾਖੜ ਸੁਖਜਿੰਦਰ ਰੰਧਾਵਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨਾਲ ਰਾਜਾ ਵੜਿੰਗ ਦਵਿੰਦਰ ਗੋਬਾਇਆ ਕੁਲਬੀਰ ਜੀਰਾ ਵੀ ਗੱਡੀ ਦੇ ਵਿੱਚ ਸਵਾਰ ਸਨ ਤੇ ਸਿੱਧੂ ਦੇ ਨਾਲ ਹੀ ਉਹਨਾਂ ਦੀ ਪਟਿਆਲਾ ਰਿਹਾਇਸ਼ ਤੇ ਪਹੁੰਚੇ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਪਹਿਲਾਂ ਪੰਚਕੁਲਾ ਪਹੁੰਚ ਸੁਨੀਲ ਜਾਖੜ ਨੂੰ ਜੱਫੀ ਪਾ ਜਾਖੜ ਦੀ ਨਾਰਾਜ਼ਗੀ ਦੂਰ ਕੀਤੀ ਇਸ ਮੌਕੇ ਕਿਹਾ ਕਿ ਸਾਡੀ ਜੋੜੀ ਹਿੱਟ ਵੀ ਰਹੇਗੀ ਤੇ ਫਿੱਟ ਵੀ ਰਹੇਗੀ ਇਸ ਦੇ ਨਾਲ ਹੀ ਉਹਨਾਂ ਨੇ ਸੁਖਜਿੰਦਰ ਰੰਧਾਵਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਦੱਸਦੀ ਹੈ ਕਿ ਹਰੀਸ਼ ਰਾਵਤ ਨਾਲ ਸੀਐਮ ਕੈਪਟਨ ਦੀ ਮੁਲਾਕਾਤ ਤੋਂ ਬਾਅਦ ਸੀਐਮ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਜੋ ਵੀ ਫੈਸਲਾ ਹੋਵੇਗਾ ਉਹ ਮਨਜ਼ੂਰ ਹੋਵੇਗਾ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਾਂਗਰਸ ਦੇ ਕਈ ਲੀਡਰਾਂ ਦੇ ਵੱਲੋਂ ਸਿੱਧੂ ਨਾਲ ਉਹਨਾਂ ਦੀ ਪਟਿਆਲਾ ਰਿਹਾਇਸ਼ ਤੇ ਮੁਲਾਕਾਤ ਕੀਤੀ ਗਈ ਇਸ ਤੋਂ ਪਹਿਲਾਂ ਸਿੱਧੂ ਨੇ ਸੁਖਜਿੰਦਰ ਰੰਧਾਵਾ ਨਾਲ ਮੁਲਾਕਾਤ ਕੀਤੀ ਇਸ ਬੈਠਕ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਲੀਡਰਾਂ ਨੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਪੰਜਾਬ ਦੇ ਲੀਡਰ ਕਿਸੇ ਕੋਲੋਂ ਡਰਦੇ ਨਹੀਂ ਉਹਨਾਂ ਨੇ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਤੇ ਵੀ ਸਾਫ਼ ਕੀਤਾ ਹੈ ਕਿ ਪੰਜਾਬ ਕਾਂਗਰਸ ਦੀਆਂ ਨਾਰਾਜ਼ਗੀਆਂ ਹੁਣ ਦੂਰ ਹੋ ਗਈਆਂ ਨੇ ਤੇ ਜਲਦੀ ਸਿੱਧੂ ਨੂੰ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ ਸਾਰਿਆਂ ਨੇ ਭਰਾਵਾਂ ਵਾਂਗੂ ਇੱਕ ਟੀਮ ਵਾਂਗੂ ਕੰਮ ਕੀਤਾ ਕਿ ਕਾਂਗਰਸ ਲਈ ਕਿਵੇਂ ਕੰਮ ਕਰਨਾ ਮੈਨੂੰ ਯਾਦ ਹੈ ਕਿ ਜਿੰਨੀ ਜਾਖੜ ਸਾਹਿਬ ਨੇ ਅਸੈਂਬਲੀ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਦੀ ਲੜਾਈ ਲੜੀ ਬਹੁਤ ਘੱਟ ਲੀਡਰ ਹੁੰਦਾ ਜਿਵੇਂ ਅੱਜ ਰਾਹੁਲ ਜੀ ਨੇ ਕਿਹਾ ਕਿ ਜੋ ਡਰਤੇ ਹਨ ਕਿ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਮੇਂ ਐਸੇ ਲੀਡਰ ਹੈ ਜੋ ਬਿਲਕੁਲ ਨਹੀਂ ਡਰਤੇ ਕੋਈ ਵੀ ਆ ਜਾਏ ਕੋਈ ਹਮਾਰਾ ਉਨਕੇ ਸਾਥ ਕੋਈ ਡਰ ਨਹੀਂ ਹੈ ਹਮਾਰੇ ਦਿਮਾਗ ਮੇਂ ਡਰ ਨਹੀਂ ਹੈ ਕਿਉਂਕਿ ਕਾਂਗਰਸ ਹਮਾਰੇ ਖੂਨ ਸੇ ਬਣੀ ਹੈ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਤਾਂ ਕਹੀਆਂ ਨੇ ਕਿ ਸਾਡੇ ਇਹ ਰਿਲੇਸ਼ਨ ਇਹੋ ਜਿਹੇ ਨੇ ਸਿੱਧੂ ਦਾ ਲੈ ਲਓ ਮੇਰੇ ਨਾਲੋਂ 4-5 ਸਾਲ ਛੋਟੇ ਨੇ ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਫਾਦਰ ਮੇਰੇ ਫਾਦਰ ਸਰਦਾਰ ਦਰਬਾਰਾ ਸਿੰਘ ਗਿਆਨੀ ਜੈਲ ਸਿੰਘ ਦੇ ਟਾਈਮ ਤੋਂ ਲੈ ਕੇ ਸਰਦਾਰ ਲਾਲ ਸਿੰਘ ਅੱਜ ਜਦੋਂ ਉਹਨਾਂ ਕੋਲ ਸਰਦਾਰ ਲਾਲ ਸਿੰਘ ਉਹਨਾਂ ਕੋਲ ਬੈਠੀ ਹਾਂ ਅਤੇ ਉਹਨਾਂ ਨੇ ਜੋ ਪੁਰਾਣੀਆਂ ਗੱਲਾਂ ਸਾਨੂੰ ਦੱਸੀਆਂ ਕਈ ਸਾਨੂੰ ਗੱਲਾਂ ਯਾਦ ਵੀ ਨਹੀਂ ਗੀਆਂ ਅਤੇ ਉਸ ਕਰਕੇ ਜਦੋਂ ਆਪਣੇ ਬਜ਼ੁਰਗਾਂ ਨਾਲ ਗੱਲ ਕਰੀਦੀ ਆ ਉਹਨਾਂ ਕੋਲ ਆਸ਼ੀਰਵਾਦ ਲਈਦਾ ਅਤੇ ਆਪਣੇ ਜਿਹੜੇ ਬਜ਼ੁਰਗ ਸਾਨੂੰ ਉਹਨਾਂ ਦੀ ਯਾਦ ਆ ਜਾਂਦੀ ਹੈ ਕਿ ਸਾਡੇ ਕੋਲ ਸਾਡੇ ਪੁਰਾਣੇ ਵੀ ਬੈਠੇ ਨੇ ਜਿਨ੍ਹਾਂ ਦੇ ਸਾਨੂੰ ਇੱਕ ਕਾਂਗਰਸ ਲਈ ਜਿਹੜੀ ਰੋਸ਼ਨੀ ਉਹਨਾਂ 'ਚੋਂ ਦਿਸਦੀ ਆ ਕਿ ਅਸੀਂ ਕਾਂਗਰਸ ਲਈ ਉਹਨਾਂ ਦੇ ਸਿਪਾਹੀ ਬਣ ਕੇ ਕਾਂਗਰਸ ਦਾ ਕੰਮ ਕਰੀਏ ਆਪਾਂ ਇਹ ਕਹਿ ਸਕਦੇ ਹਾਂ ਵੀ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਉਣ ਜਾ ਰਿਹਾ ਰਾਸਤਾ ਜਿਹੜਾ ਸਾਫ਼ ਹੋ ਗਿਆ ਅਤੇ ਮੇਰੇ ਖਿਆਲ ਇਹਦੇ 'ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿਉਂਕਿ ਇੰਨੇ ਦਿਨਾਂ ਦਾ ਜਦੋਂ ਕੱਲ੍ਹ ਸੋਨੀਆ ਜੀ ਨਾਲ ਮੀਟਿੰਗ ਕਰ ਲਈ ਆ ਔਰ ਮੇਰਾ ਖਿਆਲ ਹੈ ਕਿ ਜਿਹੜੀ ਤੁਸੀਂ ਅੱਜ ਦੀ ਗੱਲ ਕੀਤੀ ਹੈ ਕਿ ਆਏ ਤਾਂ ਮੈਨੂੰ ਮਿਲ ਸੀ ਅਤੇ ਮੈਂ ਆਏ ਤਾਂ ਮੈਨੂੰ ਮਿਲ ਸੀ ਪਰ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਆਈਏ ਸਾਰਿਆਂ ਦਾ ਆਸ਼ੀਰਵਾਦ ਲਈਏ ਮੈਂ ਇੱਕ ਤੁਸੀਂ ਜਿਹੜੀ ਗੱਲ ਹੈ ਬਈ ਸਾਫ਼ ਹੀ ਹੈ ਬਈ ਸਿੱਧੂ ਸਾਹਿਬ ਜਿਹੜੇ ਆ ਉਹ ਪ੍ਰਧਾਨ ਮੰਤਰੀ ਜਿਹੜੀ ਨਾਰਾਜ਼ਗੀ ਆ ਉਹ ਦੂਰ ਹੋ ਗਈ ਆ ਔਰ ਜਿਹੜੀ ਉਹ ਆਪਾਂ ਟਕਸਾਲੀ ਕਾਂਗਰਸੀ ਵਾਲੀ ਗੱਲ ਕਰ ਰਹੇ ਸੀ ਉਹ ਵੀ ਖਤਮ ਹੋ ਗਈ ਉਹ ਵੀ ਖਤਮ ਹੋ ਗਈ ਬਿਲਕੁਲ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਕਿ ਹਾਈ ਕਮਾਂਡ ਦਾ ਹਰ ਫੈਸਲਾ ਮਨਜ਼ੂਰ ਹੈ ਉੱਥੇ ਹਰੀਸ਼ ਰਾਵਤ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਪੁਰਾਣੀ ਦੋਸਤੀ ਹੈ ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਦੋਨਾਂ ਵਿੱਚ ਅਹਿਮ ਮੁੱਦਿਆਂ ਦੇ ਬਾਰੇ ਗੱਲਬਾਤ ਹੋਈ ਇਸ ਦੇ ਨਾਲ ਹੀ ਉਹਨਾਂ ਨਵਜੋਤ ਸਿੱਧੂ ਦੇ ਪੁੱਛੇ ਸਵਾਲ ਤੇ ਬੋਲਣ ਤੋਂ ਟਾਲ ਮਟੋਲ ਕਰ ਦਿੱਤਾ ਹਮ ਦੋਨੋਂ ਪੁਰਾਣੇ ਮਿੱਤਰ ਹੈ ਔਰ ਮੇਰਾ ਇਹ ਸੌਭਾਗਯ ਹੈ ਕਿ ਮੈਂ ਉਸ ਰਾਜ ਕਾ ਪ੍ਰਭਾਰੀ ਹੂੰ ਪਾਰਟੀ ਕੀ ਤਰਫ ਸੇ ਜਿਸ ਰਾਜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਹਮਾਰੀ ਬਹੁਤ ਉਪਯੋਗੀ ਬੜੀ ਸ਼ਾਨਦਾਰ ਬਾਤਚੀਤ ਰਹੀ कुछ कुछ उनके कंसर्न कुछ उनके कंसर्न थे कुछ उनकी कुछ कुछ उनकी मेरी समझ से उचित सवाल थे जिसका निदान मुझको करना है लेकिन एक बात बिल्कुल साफ है दिन की उजाले की तरीके से साफ है कि कैप्टन अमरेंद्र सिंह जी ने जो पहले एक महान बयान दिया था जिसमें उन्होंने कहा था व्हाटएवर डिसीजन विल बी टेकन बाय द कांग्रेस प्रेसिडेंट बाय द सीपी दैट विल बी ऑनर्ड बाय मी आई विल अबाइड बाय दैट तो ही रिट्रिएटेड दैट स्टेटमेंट टू ਚੰਡੀਗੜ੍ਹ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦੇ ਮੁਤਾਬਕ ਕਿਸਾਨਾਂ ਨੇ ਮੇਅਰ ਰਵੀਕਾਂਤ ਸ਼ਰਮਾ
ਅਤੇ ਭਾਜਪਾ ਦੇ ਸਾਬਕਾ ਚੰਡੀਗੜ੍ਹ ਮੁਖੀ ਸੰਜੇ ਟੰਡਨ ਅਤੇ ਹੋਰ ਨੇਤਾਵਾਂ ਦੀਆਂ ਗੱਡੀਆਂ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਉੱਪਰ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਬੀਜੇਪੀ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਕੱਠੇ ਹੋ ਕੇ ਥਾਣੇ ਦੇ ਨਜ਼ਦੀਕ ਪ੍ਰਦਰਸ਼ਨ ਕਰਨ ਦੀ ਵੀ ਗੱਲ ਕਹੀ ਸਾਥੀਓ ਅੱਜ ਚੰਡੀਗੜ੍ਹ ਮੇ ਟੰਡਨ ਕਾ ਪ੍ਰੋਗਰਾਮ ਥਾ ਜੋ ਨੇਤਾ ਹੈ ਵਹਾਂ ਕੇ ਉਨਕਾ ਪ੍ਰੋਗਰਾਮ ਥਾ ਸੈਕਟਰ 31 ਕੀ ਮਾਰਕੀਟ ਮੇ और वहाँ पे हमारे जो चंडीगढ़ के कार्यकर्ता हैं वो उनके सामने प्रदर्शन करने के लिए उनको काले झंडे दिखाने के लिए गए थे और वहाँ से उनको उठा लिया गया है। कई लोगों को चोटें लगी हैं और मालूम हुआ है कि वहाँ पे किसी ने गाड़ी को बट्टा भी मारा है। जिसने बट्टा मारा है उसकी पहचान करके अगर उसको पुलिस उठाती है तो उस पर हमारा कोई एतराज भी नहीं होगा, क्योंकि हमारा साफ तौर पे कहना है कि हम किसी पे हाथ नहीं उठाएंगे। और मुझे जो मालूम हुआ है कि हमारे जो वहाँ के कार्यकर्ता हैं वो पूरे कंट्रोल में रहे हैं, उनका सब बिल्कुल ऐलान था। ये जो आदमी है ये सरकार ने कोई अपने साथ जो सरकार ने जो है शरारत करवाई है वो टंडन का ही कोई जानकार हो सकता है। अगर वीडियो कहीं से उसकी मिलती है उस पर कार्रवाई करें, हमको इतराज़ नहीं है। लेकिन वहाँ पे शांतिपूर्वक प्रदर्शन करते हुए हमारे 35 लोगों को गिरफ्तार कर लिया है और कईयों को चोटें मारी हैं, हमारी औरतों को चोटें मारी हैं, उनको थाने में बिठा लिया गया, उनके सिर फोड़ दिए गए हैं। तो हम इसकी निंदा करते हैं और सारे साथियों को हम बेनती करते हैं कि सेक्टर 31 ए में जो थाना है उसके पास में पार्क है, जैनिज पार्क के नाम से है, तो वहाँ पे ज़्यादा से ज़्यादा लोग इकट्ठे हैं। वहाँ पे अभी प्रदर्शन जारी है, अभी घेराव जारी है। जो चंडीगढ़ के और उसके आसपास के जो लोग हैं, या वो अम्बाड़े के लोग हैं या पंचकुल्ले के लोग हैं या चंडीगढ़ के साथ लगते चाहे पंजाब एरिए के भी लोग हों, मोहाली के हों, ये सारे कार्यकर्ता वहाँ जल्दी से जल्दी पहुँचे। और जब तक हमारे आदमियों को रिहा ना करें तब तक वहाँ पे मोर्चा जारी रखें। तो मैं फिर बेनती करूँगा कि जितने भाई वहाँ जल्दी से जल्दी पहुँच सकते हैं, सेक्टर 31 ए के थाने के पास पार्क है, वहाँ पे सब इकट्ठे हो रहे हैं और जल्दी से जल्दी चंडीगढ़ के नज़दीक के सारे भाई वहाँ पे पहुँचें। सबका धन्यवाद। लोक इंसाफ पार्टी के प्रधान सिमरजीत सिंह बैंस दी मुश्किल लगातार वधदी जा रही ने। सिमरजीत सिंह बैंस से जबर जनाह के आरोप लगाने वाली एक होर महिला सामने आई है। लुधियाना के पुलिस कमिश्नर ऑफिस के बाहर भुख हड़ताल से बैठी महिला ने इंसाफ की गुहार लगाई है। नाल ही उन्होंने कहा है कि मेरे बयान भी दर्ज किए गए हैं पर फिर भी बैंस खिलाफ कोई कार्रवाई नहीं की जा रही। महिला ने कहा है कि जिन्ना चेर बैंस खिलाफ कार्रवाई नहीं होंगी, इंसाफ नहीं मिल जाता, उन्ना चेर वह भुख हड़ताल से रहेगी। दस दी कि इस तो पहला भी एक महिला वालों सिमरजीत सिंह बैंस से जबर जनाह का आरोप लगाए गए हैं तो हूँ फिर तो बैंस से अजिहे आरोप लगे ने ते महिला वालों प्रशासन तो इंसाफ की गुहार लगाई जा रही है। पुलिस कमिश्नर ऑफिस के बाहर अणमिथे समय लिए भुख हड़ताल से बैठने की भी गल कही गई है। सुनवाई नहीं कितने हो रही, फाइल जिथे पई है उत्थे ही पई है। वह बीबी भी 8 महीने तो बैठी है, वह भी हूँ सुनवाई हुई है, थोड़ी बहुत साड़ी सुनवाई नहीं हो रही सर। हाँ जी सर, मेरी बयान दर्ज होए पर कार्रवाई अजे तक कोई नहीं हुई। 1.5 महीना हो गया, फोन भी मेरा उत्थे उन्हां कोल ही हैगा ते अजे कोई कार्रवाई नहीं। फाइल मेरी जिथे पई सी उत्थे पई है एज इट इज़, पता नहीं उन्हां दी की मजबूरी हैगी है। पुलिस ने दर्ज नहीं की, कोर्ट नू जो कोर्ट ने आर्डर किए मजबूरी च दर्ज करनी पई, पुलिस तो बचा रही है उन्हों। 25 तरीक नू सिमरजीत बैंस मिल के गया सी, मिन्त करता सी, जे उन्हें गलती नहीं की फिर वह मिलन क्यों आया सी, मिन्त क्यों करता सी, वो तो कहता सी मैं DGP कोल जाऊँगा, दोषी बख्शे नहीं जाणगे। जे असी दोषी हाँ ना, जे असी उत्ते झूठा इल्जाम ला रहे हैं, असी तो अपना नारको टैसट कराने लिए तैयार हाँ। हुणे एफीडेविट लो, नारको टैसट कराओ, जे असी दोषी पाए गए सानू फड़ के अंदर दे दो, नहीं तो उन्हूं फड़ के अंदर दिओ। हुण तां काम ही बड़ा सौखा रह गया। वल्लों भी आरोप लगाए गए सीगे, गलबात कर लेना, तुहाडे वल्लों आरोप लगाए गए सीगे, इंसाफ की मांग की जा रही है, शिकायत की जा रही है, अज भुख हड़ताल से बैठने का कारण की है? सर इंसाफ चाहिए, अरैसट भी होण ते सानू इंसाफ चाहिए। कारण की है कि लगता कि तुहानू इंसाफ? सर सुनवाई नहीं कितने हो रही, फाइल जिथे पई है उत्थे ही पई है। वह बीबी भी 8 महीने तो बैठी है, वह भी हूँ सुनवाई हुई है, थोड़ी बहुत साड़ी सुनवाई नहीं हो रही सर।
ਤੁਹਾਡੀ ਸ਼ਿਕਾਇਤ ਤੁਸੀਂ ਦਰਜ ਕਰਾਏ ਨੂੰ ਕਿੰਨੇ ਦਿਨ ਹੋ ਗਏ? ਇਸ ਸ਼ਿਕਾਇਤ ਦੇ ਸੰਬੰਧ ਦੇ ਵਿੱਚ ਅੱਗੇ ਦੀ ਕਾਰਵਾਈ ਕਦੋਂ ਹੋਈ ਹੈ? ਕਿਹਨੂੰ ਕਿਹਨੂੰ ਤੁਸੀਂ ਮਿਲ ਚੁੱਕੇ ਹੋ ਅਤੇ ਅੱਗੇ ਕਾਰਵਾਈ ਬਿਆਨ ਵਗੈਰਾ ਕੋਈ ਦਰਜ ਤੁਹਾਡੇ ਹੋਏ ਆ? ਹਾਂਜੀ ਸਰ, ਮੇਰੀ ਬਿਆਨ ਦਰਜ ਹੋਏ ਆ ਪਰ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ। ਡੇਢ ਮਹੀਨਾ ਹੋ ਗਿਆ, ਫੋਨ ਵੀ ਮੇਰਾ ਉੱਥੇ ਉਹਨਾਂ ਕੋਲ ਹੀ ਹੈਗਾ ਅਤੇ ਹਜੇ ਕੋਈ ਕਾਰਵਾਈ ਨਹੀਂ। ਫਾਈਲ ਮੇਰੀ ਜਿੱਥੇ ਪਈ ਸੀ ਉੱਥੇ ਪਈ ਹੈ ਐਜ਼ ਇਟ ਇਜ਼। ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈਗੀ ਆ, ਅੱਗੇ ਕਿਉਂ ਨਹੀਂ ਕਾਰਵਾਈ ਹੋ ਰਹੀ। ਤੁਹਾਨੂੰ ਕੀ ਲੱਗਦਾ ਕਿ ਮਤਲਬ ਕਿ ਕਿਉਂ ਕਾਰਵਾਈ ਕਿਉਂ ਨਹੀਂ ਹੋ ਰਹੀ, ਮਤਲਬ ਕਿ ਇਸ ਦੇ ਪਿੱਛੇ ਕਾਰਨ ਕੀ ਲੱਗਦਾ? ਸਰ ਕਾਰਨ ਤਾਂ ਹੁਣ ਤੁਹਾਨੂੰ ਵੀ ਪਤਾ ਹੀ ਹੈ ਕੀ ਕਾਰਨ ਹੋ ਸਕਦਾ ਇਹਦੇ ਪਿੱਛੇ। ਹੁਣ ਅੱਜ ਤੁਸੀਂ ਬੈਠੇ ਸਰ? ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਐਮ ਐਲ ਏ ਨੇ ਸ਼ਾਇਦ ਉਹ ਤਾਂ ਕਰਕੇ ਨਹੀਂ ਕਾਰਵਾਈ ਹੋ ਰਹੀ ਉਹਨਾਂ 'ਤੇ, ਮੈਂ ਤਾਂ ਇਹੀ ਕਹਿ ਸਕਦੀ ਹਾਂ। ਪਰ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਕਾਨੂੰਨ ਜਿਹੜਾ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ, ਕੋਈ ਵੀ ਉਸਦੇ ਵਿੱਚ ਚਾਹੇ ਉਹ ਵੱਡਾ ਕੋਈ ਪੋਲੀਟੀਕਲ ਬੰਦਾ ਜਾਂ ਕੋਈ ਆਮ ਬੰਦਾ ਵਾ, ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੋਣਾ ਚਾਹੀਦਾ ਵਾ। ਹਾਂਜੀ ਸਰ ਬਿਲਕੁਲ, ਮੈਂ ਕਿਹਾ ਸੀ ਪਰ ਕਾਨੂੰਨ ਬਰਾਬਰ ਨਹੀਂ ਹੈ, ਸ਼ਾਇਦ ਉੱਥੇ ਵੀ ਭੇਦਭਾਵ ਕੀਤਾ ਜਾ ਰਿਹਾ। ਪਰ ਮੈਨੂੰ ਬਹੁਤ ਉਮੀਦ ਹੈ ਉਸ ਪਰਮਾਤਮਾ 'ਤੇ, ਕਾਨੂੰਨ 'ਤੇ, ਇਸ ਜਨਤਾ 'ਤੇ ਬਹੁਤ ਉਮੀਦ ਹੈ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਸਰ। ਹੁਣ ਅੱਜ ਤੁਸੀਂ ਭੁੱਖ ਹੜਤਾਲ 'ਤੇ ਬੈਠੇ ਹੋ, ਪਹਿਲਾਂ ਤੁਸੀਂ 10 ਜੁਲਾਈ ਦਾ ਟਾਈਮ ਦਿੱਤਾ ਸੀਗਾ ਉਸ ਨੂੰ ਅੱਗੇ ਵਧਾ ਕੇ, ਹੁਣ ਅੱਜ 17 ਜੁਲਾਈ ਨੂੰ ਭੁੱਖ ਹੜਤਾਲ 'ਤੇ ਬੈਠੇ ਹੋ, ਹੁਣ ਅਗਲਾ ਪ੍ਰੋਗਰਾਮ ਤੁਹਾਡਾ ਕੀ ਰਹੇਗਾ? ਇਹ ਭੁੱਖ ਹੜਤਾਲ ਕਦੋਂ ਤੱਕ ਜਾਰੀ ਰਹੇਗੀ? ਸਰ ਅਣਮਿੱਥੇ ਸਮੇਂ ਲਈ, ਜਦ ਤੱਕ ਅਰੈਸਟ ਨਹੀਂ ਹੁੰਦੇ ਔਰ ਪਰਚਾ ਨਹੀਂ ਹੁੰਦਾ ਪ੍ਰੋਪਰ ਵੇ 'ਚ, ਅਣਮਿੱਥੇ ਸਮੇਂ ਲਈ ਹੈ ਭੁੱਖ ਹੜਤਾਲ। ਜਦ ਤੱਕ FIR ਦਰਜ ਨਹੀਂ ਹੁੰਦੀ, ਬੈਂਸ ਅਰੈਸਟ ਨਹੀਂ ਹੁੰਦਾ, ਤਦ ਤੱਕ ਤੁਸੀਂ ਇੱਥੇ ਹੀ 24 ਘੰਟੇ ਮਤਲਬ ਕਿ ਭੁੱਖ ਹੜਤਾਲ 'ਤੇ ਇੱਥੇ ਹੀ ਬੈਠੇ ਕਰੋਗੇ, ਦਿਨ ਨੂੰ ਵੀ ਰਾਤ ਨੂੰ ਵੀ? ਹਾਂਜੀ, ਇੱਥੇ ਰਵਾਂਗੇ ਸਰ। ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਵੱਲੋਂ ਅੱਜ ਜਲੰਧਰ 'ਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਦੇ ਘਰ ਦਾ ਘਿਰਾਓ ਕਰਕੇ ਕੈਪਟਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਰਕਾਰ ਨੇ ਪੱਕੇ ਕਰਨ ਦਾ ਵਾਅਦਾ ਤਾਂ ਕੀਤਾ ਪਰ ਹਜੇ ਤੱਕ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ, ਜਿਸ ਲਈ ਹੁਣ ਉਹ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ ਹਰ ਇੱਕ ਕਾਂਗਰਸੀ ਨੇਤਾ ਦਾ ਘਿਰਾਓ ਕੀਤਾ ਜਾਏਗਾ। ਦੂਜੇ ਪਾਸੇ ਸੁਸ਼ੀਲ ਰਿੰਕੂ ਨੇ ਅਧਿਆਪਕਾਂ ਦੇ ਪ੍ਰਦਰਸ਼ਨ ਬਾਰੇ ਗੱਲ ਕਰਦੇ ਕਿਹਾ ਕਿ ਜਲਦ ਹੀ ਇਹਨਾਂ ਦੇ ਮਸਲੇ ਹੱਲ ਕੀਤੇ ਜਾਣਗੇ। ਕਾਫੀ ਅਖਬਾਰਾਂ 'ਚ ਵੀ ਪੜ੍ਹ ਰਹੇ ਸੀ, ਅੱਜ ਲਿਖਤੀ ਤੌਰ ਦੇ ਉੱਤੇ ਮੇਰੇ ਕੋਲ ਕੁਛ ਯੂਨੀਅਨਸ ਜਿਹੜੀਆਂ ਇਹਨਾਂ ਟੀਚਰ ਸਾਹਿਬਾਨ ਵੱਲੋਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆਈਆਂ ਔਰ ਅਖਬਾਰਾਂ 'ਚ ਵੀ ਪੜ੍ਹਦੇ ਰਹੇ ਹਾਂ, ਤੁਹਾਡੇ ਮਾਧਿਅਮ ਤੋਂ ਮੀਡੀਆ ਰਾਹੀਂ ਵੀ ਜਿਹੜੇ ਪ੍ਰੋਟੈਸਟ ਹੋ ਰਹੇ ਆ ਉਹ ਸੁਣ ਰਹੇ ਹਾਂ ਔਰ ਮੈਂ ਤਾਂ ਨਿੱਜੀ ਤੌਰ 'ਤੇ ਚਾਹਾਂਗਾ ਕਿ ਇਹ ਜਲਦ ਤੋਂ ਜਲਦ ਜਿਹੜੇ ਆ ਟੇਬਲ 'ਤੇ ਬੈਠ ਕੇ ਟੇਬਲ ਟਾਕ ਕਰਕੇ ਜਿਹੜੀ ਆ ਯੂਨੀਅਨ ਦੇ ਨਾਲ ਨੈਗੋਸੀਏਸ਼ਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਧਰਨੇ ਪ੍ਰਦਰਸ਼ਨ ਖਤਮ ਹੋਣੇ ਚਾਹੀਦੇ। ਅਧਿਆਪਕ ਇਸ ਟਾਈਮ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਣੇ ਹੋਣੇ ਚਾਹੀਦੇ ਮਗਰ ਅਧਿਆਪਕ ਸੜਕਾਂ 'ਤੇ ਰੁਲਦੇ ਪਏ। ਨਹੀਂ ਦੇਖੋ, ਗੱਲ ਹੈ ਕਿ ਮੈਂ ਤਾਂ ਜਦੋਂ ਦੀ ਹੋਸ਼ ਸੰਭਾਲੀ ਹੈ ਮੈਂ ਤਾਂ ਅਧਿਆਪਕ ਸੜਕਾਂ 'ਤੇ ਹੀ ਦੇਖੇ ਆ। ਚਲੋ ਮਿਹਨਤ ਵੀ ਵਿਚਾਰੇ ਬਹੁਤ ਕਰਦੇ ਆ, ਮੇਰੇ ਆਪ ਪਰਿਵਾਰ ਦੇ ਵਿੱਚ ਕਾਫੀ ਮੈਂਬਰ ਆ ਜਿਹੜੇ ਉਹ ਅਧਿਆਪਕ ਨੇ, ਪਰ ਐਂਡਲੈਸ ਪ੍ਰੋਸੈਸ ਚੱਲਦਾ ਰਹਿੰਦਾ। ਹਰ ਸਰਕਾਰ ਦੇ ਵਿੱਚ ਕੁਛ ਡਿਮਾਂਡਾਂ ਪੂਰੀਆਂ ਹੋ ਜਾਂਦੀਆਂ, ਕੁਛ ਰਹਿ ਜਾਂਦੀਆਂ, ਫਿਰ ਇਹ ਐਂਡਲੈਸ ਪ੍ਰੋਸੈਸ ਹੈ। ਇਹ ਵਿਚਾਰੇ ਸੰਘਰਸ਼ ਦੇ ਵਿੱਚ ਹੀ ਇੱਦਾਂ ਚੱਲਦੇ ਰਹਿੰਦੇ ਲਗਾਤਾਰ। ਪਰ ਜਿਹੜਾ ਹੁਣ ਇਸ ਸਮੇਂ ਜਿਹੜਾ ਚੱਲ ਰਿਹਾ, ਮੇਰਾ ਖਿਆਲ ਹੈ ਕਿ ਜਲਦ ਇਹਦੀ ਜਿਹੜੀ ਨੈਗੋਸੀਏਸ਼ਨ ਹੈ ਇਹ ਸਰਕਾਰ ਦੇ ਨਾਲ ਬੈਠ ਕੇ ਹੋ ਜਾਏਗੀ ਔਰ ਜਲਦ ਧਰਨਾ ਪ੍ਰਦਰਸ਼ਨ ਹੈ ਜਿਹੜੇ ਸਮਾਪਤ। ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦੀ ਗੱਲ ਕੇਂਦਰ ਤੱਕ ਪਹੁੰਚਾਉਣ ਲਈ ਜੋ ਵਿਰੋਧੀ ਪਾਰਟੀਆਂ ਨੂੰ ਸੰਸਦ 'ਚੋਂ ਵਾਕਆਊਟ ਨਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਇਸ ਦੀ ਤਿਆਰੀ ਲਈ ਕਿਸਾਨਾਂ ਵੱਲੋਂ ਅੱਜ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪਣੇ ਸ਼ੁਰੂ ਕਰ ਦਿੱਤੇ ਨੇ। ਕਿਸਾਨਾਂ ਨੇ ਕਿਹਾ ਕਿ ਜੋ ਲੀਡਰ ਕਿਸਾਨਾਂ ਦੀ ਗੱਲ ਅੰਦਰ ਨਹੀਂ ਪਹੁੰਚਾਉਣਗੇ ਉਹਨਾਂ ਖਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ ਅਤੇ ਜੋ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੇਗਾ ਉਸਦਾ ਹੀ ਆਉਣ ਵਾਲੀਆਂ ਚੋਣਾਂ 'ਚ ਸਾਥ ਦਿੱਤਾ ਜਾਵੇਗਾ। ਅਸੀਂ ਅੱਜ MP ਸਾਹਿਬ ਨੂੰ, ਅਸੀਂ ਜਿਹੜੇ ਸਾਡੇ ਹੈਗੇ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ, ਇਹਨਾਂ ਨੂੰ ਅਸੀਂ ਮਰਵਣ ਦੇਣ ਆਏ ਹਾਂ ਵੀ ਜਿਹੜਾ ਸੰਸਦ ਚੱਲਣਾ 19 ਤਰੀਕ ਨੂੰ, ਉਹਦੇ ਵਿੱਚ ਇਹਨਾਂ ਦੇ ਅੱਗੇ ਜੋ ਕਿਸਾਨ ਮਸਲਿਆਂ ਵਾਲੇ ਇਹਨਾਂ ਨੂੰ ਅਸੀਂ ਕਹਿਣ ਆਏ ਹਾਂ ਵੀ ਤੁਸੀਂ ਕਿਸਾਨ, ਅਸੀਂ ਤਾਂ 7 ਮਹੀਨੇ ਤੋਂ ਉੱਪਰ ਟਾਈਮ ਦਾ ਹੋ ਗਿਆ ਵੀ ਹਾਲ ਤੱਕ ਸਾਡੀ ਸਰਕਾਰ ਨੇ ਸੁਣੀ ਨਹੀਂ, ਵੀ ਉੱਥੇ ਜਾ ਕੇ ਤੁਸੀਂ ਇਹ ਰੌਲਾ ਪਾਉਣਾ, ਇੱਕ ਤੁਸੀਂ ਵਾਕਆਊਟ ਨਹੀਂ ਕਰਨਾ, ਇਹਨਾਂ ਨੂੰ ਇਹ ਅਸੀਂ ਮਰਾਉਣ ਦੇ ਉੱਤੇ ਲਿਖਿਆ ਹੋਇਆ ਵੀ ਤੁਸੀਂ ਵਾਕਆਊਟ ਨਹੀਂ ਕਰਨਾ। ਹਾਂ ਵੀ ਜੇ ਕਈ ਵਾਰੀ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਜਦੋਂ ਵਾਕਆਊਟ ਕਰ ਜਾਂਦੇ ਤਾਂ ਉਹਨਾਂ ਨੂੰ ਡਿਕਟੇਟਰਸ਼ਿਪ ਮਿਲ ਜਾਂਦੀ ਆ, ਅਤੇ ਇੱਕ ਇਹਨਾਂ ਨੇ ਸੌਣਾ ਨਹੀਂ ਹੈ, ਸੌਣ ਦੇ ਨਾਲ ਇਹਨਾਂ ਦਾ ਉਹ ਨੁਕਸਾਨ ਹੁੰਦਾ, ਨਾਲ ਦੀ ਨਾਲ ਫੋਟੋਆਂ ਲੈ ਜਾਂਦੇ ਆ ਅਤੇ ਸਾਡੇ ਫਿਰ ਬਾਅਦ ਦੇ ਵਿੱਚ ਇਹ ਇਹਨਾਂ ਦੇ ਨਗਰ ਕੀਰਤਨ ਨਿਕਲਦਾ ਇਹਨਾਂ ਦਾ। ਕਿੰਨੇ ਕੁ MPਾਂ ਨੂੰ ਦਿੱਤੇ ਤੁਸੀਂ? ਅਸੀਂ ਅੱਜ ਪਹਿਲੇ ਦਿਨ ਇਹਨਾਂ ਨੂੰ ਦਿੱਤਾ ਅਤੇ ਫਿਰ ਅਸੀਂ ਬਿੱਟੂ ਸਾਹਿਬ ਨੂੰ ਵੀ ਦੇਣਾ, ਸਾਰੇ ਜਿੰਨੇ ਵੀ MP ਰਹੇ ਨੇ BJP ਦੇ ਖਿਲਾਫ਼ ਜਿੰਨੇ ਵੀ ਹੈਗੇ ਆ ਅਸੀਂ ਸਾਰਿਆਂ ਨੂੰ ਦੇਣਾ, ਸਾਰਿਆਂ ਜ਼ਿਲ੍ਹਿਆਂ ਥਾਈਂ ਦੇਣਾ ਅਸੀਂ ਇਹ। ਅੱਛਾ, ਇੱਕ ਚੀਜ਼ ਹੋਰ ਕਿ ਅਗਰ ਕੋਈ ਪਾਰਲੀਮੈਂਟ ਮੈਂਬਰ ਸਪੋਰਟ ਨਹੀਂ ਕਰਦਾ ਜਾਂ ਨਹੀਂ ਬੋਲਦਾ ਕਿਸਾਨ ਬਿੱਲਾਂ ਨੂੰ ਲੈ ਕੇ,
असीं खिलाफ होवांगे उहदे नाल असीं बीजेपी दे बराबर ही उहनूं समझांगे असीं उहदा खिलाफ धरना लावांगे उहदे खिलाफ ही असीं उहनां दे नारे लावांगे उह साडे नहीं है फिर उहनां दे हमायती होणगे क्यों कई बार जो वाकआउट करके बाहर आ जाते सानू लोग असं शक करते हैं भी ये जान बुझ के बाहर आ गए भी सानू डाउट हो जाती है भी उन्होंने ये मिले गुले हुए है बीजेपी वाले नाल सारे ओपोजिशन एमपीआं नूं कह रहे हो हाँ जी सारे एमपीआं नूं असीं कह देंदे हां हाँ जी सारे एमपीआं नूं आ सारे साडा मरण दे विच लिखिया होया भी जिन्ने भी है एमपी लगे उन्होंने सारे साडे नाँ दिते आ जे अगर कोई तुहाडी सपोर्ट करदा तुहाडी आवाज उठांदा वैसे 2022 दे चुनाव दे विच तुसीं उन्हां नूं सपोर्ट करो असीं उन्हां दी फिर सपोर्ट करांगे जिहड़ा कोई साडी कोई सपोर्ट करूगा किसान मसले दी संसद दे विच ओहदी असीं डट के असीं सपोर्ट करांगे काफ़ी लंबा समा हो गया देखो 7 महीने दे तकरीबन होण वाला किसान अंदोलन नूं चुनाव की असीं सपोर्ट जिहड़ा किसानां दी मदद करूगा असीं उहनां दी सपोर्ट करांगे कई पिंडां पिंडां दे विच लिख के लाया कि साडे पिंडां वालियां नूं रोस आ भी जिन्ना तक साडा किसान मसला हल नहीं हुंदा उहनां तक जदों कि किसे दे घरे लड़ाई होई होवे ना दूजा बंदा कोई ओपरा घरे जांदा तां उहनां नूं गुस्सा लगदा भी इह साडे घरे किवें आया भी किहड़ी गल खातर आया इवें सानूं गुस्सा वा ਤੇ ਵੀ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਨਾ ਆਵੋ ਉਹਨਾਂ ਚੱਕਰ ਜਿੰਨਾ ਤੱਕ ਸਾਡਾ ਕਿਸਾਨ ਮਸਲਾ ਹੱਲ ਨਹੀਂ ਹੁੰਦਾ ਵੋਟਾਂ ਮੰਗਣ ਨਾ ਆਇਓ ਤੁਸੀਂ ਊਂ ਜਿਵੇਂ ਮਰ ਜਾਓ ਵੋਟਾਂ ਦੇ ਅਸੀਂ ਖਿਲਾਫ਼ ਹਾਂ ਇਹਨਾਂ ਦੇ ਵੀ ਜਦੋਂ ਵੀ ਇਹ ਵੋਟਾਂ ਦਾ ਸਾਡਾ ਮਸਲਾ ਹੱਲ ਹੋ ਗਿਆ ਫਿਰ ਉਦੋਂ ਬਾਅਦ ਇਹ ਵਿੱਚ ਅਸੀਂ ਇਹਨਾਂ ਦਾ ਕੋਈ ਸਾਥ ਦੇਵਾਂਗੇ ਜਿਹੜਾ ਕੋਈ ਸਾਡਾ ਸਾਥ ਦਊਗਾ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਨੇ ਦੱਸਿਆ ਕਿ 18 ਤੋਂ 20 ਜੁਲਾਈ ਤੱਕ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ ਅਗਲੇ 48 ਘੰਟਿਆਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਗਰਜ ਦੇ ਨਾਲ ਹਨੇਰੀ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ 18 ਤੋਂ 20 ਜੁਲਾਈ ਦੌਰਾਨ ਚੰਡੀਗੜ੍ਹ ਸਣੇ ਦੋਵਾਂ ਸੂਬਿਆਂ ਵਿੱਚ ਭਾਰੀ ਅਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਦੱਸ ਦੇਈਏ ਪੰਜਾਬ 'ਚ ਲਗਾਤਾਰ ਪੈ ਰਹੀ ਗਰਮੀ ਨੇ ਜਨ ਜੀਵਨ ਮੁਹਾਲ ਕੀਤਾ ਹੋਇਆ ਜਿਸ ਤੋਂ ਬਾਅਦ ਹੁਣ ਬਾਰਿਸ਼ ਦੀ ਖ਼ਬਰ ਮਿਲਣ ਤੋਂ ਬਾਅਦ ਲੋਕ ਕੁਛ ਰਾਹਤ ਮਹਿਸੂਸ ਕਰ ਰਹੇ ਨੇ ਦੱਸ ਦੇਈਏ ਕਿ ਇਸ ਵਾਰ ਮਾਨਸੂਨ ਦੇਰੀ ਨਾਲ ਆਉਣ ਕਾਰਨ ਅਤੇ ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖ਼ਬਰਾਂ ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਹੁਣ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੇ ਸੁਨੀਲ ਜਾਖੜ ਸੁਖਜਿੰਦਰ ਰੰਧਾਵਾ ਅਤੇ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਪਟਿਆਲਾ ਪਹੁੰਚੇ ਨਵਜੋਤ ਸਿੱਧੂ ਦਵਿੰਦਰ ਗੋਬਾਇਆ ਰਾਜਾ ਵੜਿੰਗ ਅਤੇ ਕੁਲਬੀਰ ਜੀਰਾ ਨਾਲ ਕੀਤੀ ਮੁਲਾਕਾਤ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ ਦੱਸਿਆ ਕੈਪਟਨ ਹਾਈਕਮਾਨ ਦੇ ਫੈਸਲੇ ਤੋਂ ਸੰਤੁਸ਼ਟ ਚੰਡੀਗੜ੍ਹ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਤੇ ਹਮਲੇ ਤੋਂ ਬਾਅਦ ਕਿਸਾਨ ਲਈ ਹਿਰਾਸਤ 'ਚ ਗੁਰਨਾਮ ਚੜੂਨੀ ਨੇ ਕਿਹਾ ਬੇਕਸੂਰ ਕਿਸਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਇੱਕ ਵਾਰ ਫਿਰ ਵਿਵਾਦਾਂ 'ਚ ਘਿਰੇ ਸਿਮਰਜੀਤ ਬੈਂਸ ਮਹਿਲਾ ਨੇ ਲਗਾਏ ਜਬਰ ਜਨਾਹ ਦੇ ਆਰੋਪ ਇਨਸਾਫ਼ ਦੀ ਮੰਗ ਲਈ ਭੁੱਖ ਹੜਤਾਲ ਤੇ ਬੈਠੀ ਮਹਿਲਾ